ਅੱਜ ਦਾ ਸਾਡੀ ਚਰਚਾ ਦਾ ਵਿਸ਼ਾ ਹੈ ਕਿ IVF ਦੇ ਸਕਸੈਸ ਰੇਟ 100% ਕਿਉਂ ਨਹੀਂ ਹਨ। IVF ਪ੍ਰੋਸੀਜਰ ਵਿੱਚ 100% ਰਿਜ਼ਲਟ ਇਸ ਲਈ ਨਹੀਂ ਹੈ ਕਿਉਂਕਿ ਇਹ ਪ੍ਰੋਸੀਜਰ ਫੂਲ ਪਰੂਫ ਮੈਥਡ ਨਹੀਂ ਹੈ। ਐਮਬ੍ਰਿਓ ਇੱਕ ਸੀਡ ਦੀ ਤਰ੍ਹਾਂ ਹੈ, ਯੂਟਰਸ ਦੀ ਲਾਈਨਿੰਗ ਇੱਕ ਜ਼ਮੀਨ ਦੀ ਤਰ੍ਹਾਂ ਹੈ। ਜੇ ਅਸੀਂ ਸੀਡ ਦੇਖ ਕੇ ਪਹਿਲੇ ਹੀ ਕਹਿ ਦਈਏ ਕਿ ਇਹਦੇ ਪੇੜ ਬਣਨ ਦੇ ਪੂਰੇ ਪੂਰੇ ਚਾਂਸ ਹਨ ਤਾਂ ਇਸ ਤਰ੍ਹਾਂ ਸੋਚਣਾ ਜਾਂ ਕਹਿਣਾ ਗਲਤ ਹੈ। ਪਰ ਫਿਰ ਵੀ ਜਿਸ ਤਰ੍ਹਾਂ ਸਾਇੰਸ ਨੇ ਤਰੱਕੀ ਕੀਤੀ ਹੈ, ਜਦੋਂ ਪਹਿਲੇ IVF ਦਾ ਪ੍ਰੋਸੀਜਰ 1978 ਵਿੱਚ ਹੋਇਆ ਸੀ, ਉਦੋਂ 100 ਪ੍ਰੋਸੀਜਰ ਤੋਂ ਬਾਅਦ ਪਹਿਲਾ IVF ਸਕਸੈਸਫੁਲ ਹੋਇਆ ਸੀ। ਇਸ ਤੋਂ ਭਾਵ ਹੈ ਕਿ IVF ਦਾ ਪ੍ਰੈਗਨੈਂਸੀ ਰੇਟ 1% ਸੀ। ਹੁਣ ਹੌਲੀ ਹੌਲੀ ਕਰਕੇ 90s ਜਾਂ ਇਸ ਸੈਂਚਰੀ ਦੇ ਸ਼ੁਰੂ 'ਚ IVF ਦਾ ਸਕਸੈਸ ਰੇਟ ਅਰਾਊਂਡ 20% ਤੱਕ ਹੋ ਗਿਆ ਸੀ। ਪਰ ਹੁਣ ਮੀਡੀਆ ਦੀ ਇੰਪਰੂਵਮੈਂਟ, ਐਮਬ੍ਰਿਓ ਨੂੰ ਕੀ ਚਾਹੀਦਾ ਹੈ, ਇਸ ਦੇ ਮੀਡੀਆ ਦੇ ਵਿੱਚ ਸਹੀ ਮਾਤਰਾ ਦਾ ਕੰਟੈਂਟਸ ਹੋਣਾ ਨਾਲ IVF ਦਾ ਸਕਸੈਸ ਰੇਟ ਕਾਫੀ ਵੱਧ ਗਿਆ। ਫਿਰ ਵੀ ਜੇ ਦੱਸਿਆ ਜਾਏ ਇਨ ਜਨਰਲ ਤਾਂ IVF ਦਾ ਸਕਸੈਸ ਰੇਟ 50% ਦੇ ਆਸ ਪਾਸ ਦੱਸਿਆ ਜਾਣਾ ਚਾਹੀਦਾ। ਕੁਝ ਪੇਸ਼ੈਂਟਸ ਵਿੱਚ ਜਿਨ੍ਹਾਂ ਵਿੱਚ ਡੋਨਰ ਦਾ ਇਸਤੇਮਾਲ ਕੀਤਾ ਜਾਂਦਾ ਹੈ, ਉਹਦੇ ਵਿੱਚ IVF ਦਾ ਸਕਸੈਸ ਰੇਟ ਵੱਧ ਜਾਂਦਾ ਹੈ। ਪਰ ਫਿਰ ਵੀ ਜੇ ਤੁਹਾਨੂੰ ਕੋਈ ਕਲੇਮ ਕਰੇ ਕਿ IVF ਦਾ ਸਕਸੈਸ ਰੇਟ 90% 100% ਹੈ, ਤਾਂ ਇਹ ਸਰਾਸਰ ਝੂਠ ਹੈ। ਇੰਟਰਨੈਸ਼ਨਲੀ ਹੀ IVF ਦਾ ਸਕਸੈਸ ਰੇਟ 45-55% ਦੇ ਵਿੱਚ ਰਹਿੰਦਾ ਹੈ, ਔਰ ਇਹਦੇ ਵਿੱਚ ਪੇਸ਼ੈਂਟ ਦੀ ਏਜ ਦਾ ਬਹੁਤ ਜ਼ਿਆਦਾ ਰੋਲ ਹੈ। ਜਿੰਨੀ ਜ਼ਿਆਦਾ ਏਜ ਹੁੰਦੀ ਹੈ, ਉਨਾ IVF ਦਾ ਸਕਸੈਸ ਰੇਟ ਘੱਟਦਾ ਜਾਂਦਾ ਹੈ। ਕੀ ਜੇ ਇੱਕ ਵਾਰ IVF ਦਾ ਸਕਸੈਸ ਰੇਟ 50% ਹੈ ਤੇ ਫਿਰ ਉਸ ਤੋਂ ਬਾਅਦ ਕੁਝ ਨਹੀਂ ਹੋ ਸਕਦਾ? ਇਸ ਤਰ੍ਹਾਂ ਦਾ ਬਿਲਕੁਲ ਨਹੀਂ। ਜੇ ਅਸੀਂ ਇੱਕ ਵਧੀਆ IVF ਸੈਂਟਰ ਤੇ ਇੱਕ ਵਧੀਆ IVF ਸਪੈਸ਼ਲਿਸਟ ਕੋਲ ਹਾਂ, ਤਾਂ ਅਸੀਂ ਇਸ ਚੀਜ਼ ਦਾ ਹੱਲ ਲੱਭ ਸਕਦੇ ਹਾਂ। ਕਿਉਂਕਿ ਜਦੋਂ ਪਹਿਲੀ ਵਾਰੀ IVF ਫੇਲ ਹੁੰਦਾ ਹੈ, ਤਾਂ ਇਹ ਡਿਫਾਈਨ ਕੀਤਾ ਜਾਂਦਾ ਹੈ ਕਿ ਇਹ ਕਿਸ ਕਾਰਨ ਕਰਕੇ ਫੇਲ ਹੋਇਆ ਹੋਵੇ। ਕੀ ਐਮਬ੍ਰਿਓ ਵਿੱਚ, ਯਾਨੀ ਕਿ ਸੀਡ ਵਿੱਚ ਪ੍ਰੋਬਲਮ ਹੈ, ਜਾਂ ਕੀ ਯੂਟਰਸ ਦੀ ਲਾਈਨਿੰਗ ਯਾਨੀ ਕਿ ਜ਼ਮੀਨ ਵਿੱਚ ਪ੍ਰੋਬਲਮ ਹੈ। ਜਿਸ ਵੀ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ, ਉਸਨੂੰ ਲੱਭਿਆ ਜਾਂਦਾ ਹੈ ਅਤੇ ਉਸਦਾ ਸਲਿਊਸ਼ਨ। ਜੇ ਅਸੀਂ ਇੱਕ ਤੋਂ ਬਾਅਦ ਅਗਲਾ IVF ਕਰਦੇ ਹਾਂ, ਤਾਂ ਅਗਲੇ IVF ਵਿੱਚ ਕੁਛ ਨਾ ਕੁਛ ਨਵਾਂ ਜ਼ਰੂਰ ਹੁੰਦਾ ਹੈ, ਤਾਂ 70-80% ਚਾਂਸਿਸ ਹੁੰਦੇ ਹੈ ਕਿ ਪੇਸ਼ੈਂਟ ਪ੍ਰੈਗਨੈਂਟ ਹੋ ਜਾਵੇ। ਜੇ ਦੂਸਰੀ ਵਾਰ ਵੀ ਪ੍ਰੈਗਨੈਂਟ ਨਾ ਹੋਇਆ, ਤਾਂ ਤੀਸਰੇ ਚਾਂਸ ਵਿੱਚ ਆਲਮੋਸਟ 90% ਤੱਕ ਪੇਸ਼ੈਂਟਸ ਪ੍ਰੈਗਨੈਂਟ ਹੋ ਜਾਂਦੇ ਹਨ। ਕਿਉਂਕਿ ਤੀਸਰੇ ਚਾਂਸ ਵਿੱਚ ਉਹ ਸਭ ਕੁਝ ਕੀਤਾ ਜਾਏਗਾ ਜਿਨ੍ਹਾਂ ਕਾਰਨਾਂ ਕਰਕੇ ਪਹਿਲੇ ਸਾਈਕਲ ਜਾਂ ਦੂਸਰੇ ਸਾਈਕਲ ਵਿੱਚ IVF ਫੇਲ ਹੋਇਆ। ਸੋ ਇੱਕ ਵਾਰ IVF ਫੇਲ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਦਿਲ ਤੋੜ ਲਈਏ ਜਾਂ ਘਰੇ ਬੈਠ ਜਾਈਏ ਕਿ ਹੁਣ ਕੁਛ ਨਹੀਂ ਹੋ ਸਕਦਾ ਜਾਂ ਇਹਦੇ ਵਿੱਚ ਡਾਕਟਰ ਦੀ ਹੀ ਗਲਤੀ ਹੈ। ਕਈ ਵਾਰੀ ਪਹਿਲੇ ਚਾਂਸ ਵਿੱਚ ਆਪਣੇ ਐਗ ਨਾਲ ਸਾਨੂੰ ਚੈੱਕ ਕਰਨਾ ਪੈਂਦਾ ਹੈ ਕਿ ਕੀ ਪ੍ਰੈਗਨੈਂਸੀ ਹੋ ਪਾਏਗੀ ਜਾਂ ਨਹੀਂ ਹੋ ਪਾਏਗੀ, ਅਤੇ ਅਸੀਂ 50% ਤੋਂ ਘੱਟ ਚਾਂਸ ਦੇ ਕੇ ਵੀ ਪੇਸ਼ੈਂਟ ਨੂੰ ਕਹਿੰਦੇ ਹਾਂ ਕਿ ਆਪਣੇ ਐਗ ਨਾਲ IVF ਕਰੋ। ਬਾਅਦ ਵਿੱਚ ਜੇ ਉਹਨਾਂ ਨਾਲ ਗੱਲ ਨਹੀਂ ਬਣਦੀ, ਤਾਂ ਹੌਲੀ ਹੌਲੀ ਕੋਈ ਟ੍ਰੀਟਮੈਂਟ ਪਲਾਨ ਵਿੱਚ ਚੇਂਜ ਕਰਕੇ ਪ੍ਰੈਗਨੈਂਸੀ ਦੇ ਚਾਂਸ ਵਧਾਏ ਜਾ ਸਕਦੇ। ਇਸ ਕਰਕੇ ਇੱਕ ਵਾਰੀ IVF ਫੇਲ ਹੋਣ ਤੋਂ ਬਾਅਦ ਉਸੇ ਡਾਕਟਰ ਕੋਲ ਦੁਬਾਰਾ ਟ੍ਰੀਟਮੈਂਟ ਕਰਾਉਣ ਨਾਲ IVF ਸਕਸੈਸ ਰੇਟ ਇੰਪਰੂਵ ਹੋ ਸਕਦਾ। ਧੰਨਵਾਦ।